ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹਾਂ, ਜਸਮੀਤ ਭਾਟੀਆ ਜੀ ਸਾਡੇ ਨਾਲ ਮੌਜੂਦ ਨੇ, ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ, ਲੈਂਡਮਾਰਕ ਇਮੀਗ੍ਰੇਸ਼ਨ ਨੂੰ ਰਿਪ੍ਰੈਜੈਂਟ ਕਰਦੇ ਨੇ। ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਮੀਤ ਜੀ। ਕਈ ਤਰ੍ਹਾਂ ਦੀਆਂ ਚਰਚਾਵਾਂ ਕੈਨੇਡਾ ਤੋਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਲਗਾਤਾਰ ਪਾਲਿਸੀ ਚੇਂਜਸ 'ਤੇ ਫਿਰ ਕੰਮ ਹੋ ਰਿਹਾ ਉੱਥੋਂ ਦੀ ਇਮੀਗ੍ਰੇਸ਼ਨ ਮਿਨਿਸਟਰੀ ਦੇ ਵਿੱਚ। ਇੱਥੋਂ ਤੱਕ ਚਰਚਾਵਾਂ ਸੁਣੀਆਂ ਨੇ ਜਸਮੀਤ ਜੀ ਕਿ ਆਉਂਦੇ ਦਿਨਾਂ 'ਚ ਜਿਹੜਾ ਬਿਜ਼ਨਸ ਮੈਨੇਜਮੈਂਟ ਹੈ, ਬਿਜ਼ਨਸ ਮੈਨੇਜਮੈਂਟ ਦਾ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਹੈ, ਉਹਦੇ 'ਤੇ ਵੀ ਕਈ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ, ਰੋਕਾਂ ਲੱਗ ਸਕਦੀਆਂ ਨੇ। ਕਿਸ ਰੂਪ 'ਚ ਰੋਕਾਂ ਲੱਗ ਸਕਦੀਆਂ ਨੇ, ਅੱਜ ਤੁਸੀਂ ਇੰਡੀਅਨ ਔਰ ਕੈਨੇਡੀਅਨ ਸਟੂਡੈਂਟਸ ਨੂੰ ਇਹ ਵੀ ਜ਼ਰੂਰ ਸਪਸ਼ਟ ਕਰੋ, ਔਰ ਇਹਦੇ ਨਾਲ ਨਾਲ ਆਉਂਦੇ ਸਮੇਂ 'ਚ ਕੀ ਅਜਿਹੇ ਕੋਰਸਿਸ ਵੀ ਨੇ ਜਿੱਥੇ ਪੋਸਟ ਸਟੱਡੀ ਵਰਕ ਪਰਮਿਟ ਬਹੁਤ ਲੰਮੇ ਸਮੇਂ ਲਈ ਵਿਦਿਆਰਥੀਆਂ ਨੂੰ ਮਿਲ ਸਕਦਾ ਹੈ। ਸੋ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਕੀ ਪੋਸਟ ਸਟੱਡੀ ਵਰਕ ਪਰਮਿਟ ਘੱਟ ਸਕਦਾ ਆਉਂਦੇ ਸਮੇਂ 'ਚ, ਕਿਉਂਕਿ ਭੇਡ ਚਾਲ ਦੇ ਰੂਪ 'ਚ ਸਾਡੇ ਵਿਦਿਆਰਥੀਆਂ ਨੇ ਬਿਜ਼ਨਸ ਮੈਨੇਜਮੈਂਟ ਦੇ ਕੋਰਸਾਂ 'ਚ ਦਾਖਲਾ ਲਿਆ, ਇਹ ਪੂਰੀ ਚਰਚਾ ਕਿਸ ਤਰ੍ਹਾਂ ਦੀ ਹੈ ਕੈਨੇਡਾ 'ਚ ਜਿਹੜੇ ਆਉਂਦੇ ਦਿਨਾਂ 'ਚ ਇਹਦੇ 'ਤੇ ਕੋਈ ਅਨਾਊਂਸਮੈਂਟ ਵੀ ਹੋ ਸਕਦੀ ਹੈ? ਕਹਿੰਦੇ ਦੇਖੂੰਗਾ ਜੀ। ਕਹਿੰਦੇ ਲਾਸਟ ਈਅਰ 2023 'ਚ ਇੱਦਾਂ ਹੋਇਆ ਕਿ ਮੈਨੂੰ ਲੱਗਦਾ ਕਿ ਜੇ 10 ਲੱਖ ਬੱਚਾ ਕੈਨੇਡਾ ਪਹੁੰਚਿਆ ਜਿਹਦੇ ਵੀਜ਼ਾ ਆਏ, ਤਾਂ ਉਸ 'ਚੋਂ 5 ਲੱਖ ਬੱਚਾ ਬਿਜ਼ਨਸ ਮੈਨੇਜਮੈਂਟ ਲੈ ਕੇ ਪਹੁੰਚਿਆ। ਸੋ ਔਰ ਬਿਜ਼ਨਸ ਮੈਨੇਜਮੈਂਟ ਇਸ ਲਈ ਲੈ ਕੇ ਪਹੁੰਚਿਆ ਕਿਉਂਕਿ ਉਹ ਪੜ੍ਹਨ ਵਾਲਾ ਬੱਚਾ ਨਹੀਂ ਸੀ। ਦੂਜਾ ਇਹ ਵੀ ਸੀ ਕਿ PPP ਕਾਲਜਿਸ 'ਚ ਜ਼ਿਆਦਾਤਰ ਬਿਜ਼ਨਸ ਦਾ ਕੋਰਸ ਹੁੰਦਾ ਸੀ, ਉਹ ਲੈਬ ਵਾਲੇ ਕੋਰਸ ਕਰਾਉਂਦੇ ਹੀ ਨਹੀਂ। ਉਹ ਲੈਬ ਵਾਲੇ ਕੋਰਸ ਤਾਂ ਨਹੀਂ ਕਰਾਉਂਦੇ ਸੀ ਕਿਉਂਕਿ ਉਹਨਾਂ ਕੋਲ ਜਗ੍ਹਾ ਰਿਸਟ੍ਰਿਕਟਡ ਹੁੰਦੀ ਸੀ। ਸੋ ਕੁਛ PPP ਕਾਲਜਿਸ ਤਾਂ ਇੱਦਾਂ ਦੇ ਸੀ ਜਿਹੜੇ 1 ਦਿਨ ਕਲਾਸ ਲਾਉਂਦੇ ਸੀ, ਔਰ ਬੱਚਿਆਂ ਨੇ ਕਿਹਾ ਕਿ ਜਿਹੜੇ ਕਲਾਸ 1 ਦਿਨ ਲਾਉਂਦੇ ਹਾਂ ਅਸੀਂ ਉਸ ਕਾਲਜ 'ਚ ਜਾਣਾ ਤਾਂ ਕਿ ਅਸੀਂ ਕੰਮ ਕਰ ਸਕੀਏ ਫੁੱਲ ਟਾਈਮ। ਸੋ ਜਦੋਂ ਬੱਚੇ ਉਹ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਹੋ ਗਏ ਤਾਂ ਜਿਹੜੇ ਬੱਚੇ ਕੀ ਕਹਿੰਦੇ ਆ ਵਿਚਾਰੇ ਚੰਗੇ ਵੀ ਸੀ, ਜਿਹੜੇ ਪੜ੍ਹਾਈ ਚੰਗੇ ਕਾਲਜਾਂ 'ਚ ਕਰਦੇ ਸੀ, ਚੰਗੇ ਕੋਰਸਿਸ ਲੈਂਦੇ ਸੀ, ਜਿਹੜਾ ਉਹਨਾਂ ਨੂੰ 20 ਘੰਟੇ ਕੰਮ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ। ਸੋ ਇਹਦਾ ਇਫੈਕਟ ਕਾਫੀ ਐਡਵਰਸ ਹੋਇਆ। ਫੁੱਲ ਟਾਈਮ ਜਿਹੜਾ ਕੈਨੇਡਾ ਨੇ ਰੂਲ ਬਣਾਇਆ ਸੀ ਕਿ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਆਫਟਰ ਕੋਵਿਡ, ਉਹਦਾ ਇਫੈਕਟ ਮੈਨੂੰ ਲੱਗਦਾ ਨੈਗੇਟਿਵ ਹੋਇਆ। ਔਰ ਅੱਜ ਜੋ ਸਿਚੁਏਸ਼ਨ 'ਚ ਅਸੀਂ ਗੁਜ਼ਰ ਰਹੇ ਹਾਂ, ਮੈਨੂੰ ਲੱਗਦਾ ਉਹ ਸਾਰੀਆਂ ਸਿਚੁਏਸ਼ਨ ਉਹੀ ਹੈਗੀਆਂ ਜਿਹੜੀਆਂ ਕੈਨੇਡਾ ਸਰਕਾਰ ਨੇ ਜੇ ਪਹਿਲਾਂ ਮੋਨੀਟਰ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਇਹ ਸਿਚੁਏਸ਼ਨ ਨਾ ਆਉਂਦੀ। ਪਰ ਕੈਨੇਡਾ ਸਰਕਾਰ ਨੇ ਤਾਂ ਇਹ ਸੋਚਿਆ ਸੀ ਕਿ ਸਾਨੂੰ ਫਾਇਦਾ ਹੋਊਗਾ ਬੱਚੇ ਇੱਥੇ ਲਿਆ ਕੇ, ਪਰ ਉਹਦਾ ਕੁਛ ਆਪੋਜ਼ਿਟ ਹੀ ਹੋ ਗਿਆ। ਬੱਚਿਆਂ ਨੇ ਕੈਨੇਡਾ ਸਰਕਾਰ ਦੇ ਅਗੇਂਸਟ ਹੀ ਧਰਨੇ ਲਾਉਣੇ ਸ਼ੁਰੂ ਕਰਤੇ, ਬੱਚਿਆਂ ਨੇ ਕਾਲਜ ਯੂਨੀਵਰਸਿਟੀਆਂ ਦੇ ਬਾਹਰ ਧਰਨੇ ਲਾਉਣੇ ਸ਼ੁਰੂ ਕਰਤੇ। ਸੋ ਬੱਚੇ ਕਹਿੰਦੇ ਆ ਕਿ ਅੱਜ ਕੈਨੇਡਾ ਇੰਨਾ ਔਖਾ ਕਿਉਂ ਹੋ ਗਿਆ? ਸੋ ਅਸੀਂ ਕਹਾਂਗੇ ਕਿ ਅਸੀਂ ਜੋ ਕੀਤਾ ਉਹਦਾ ਹੀ ਰਿਜ਼ਲਟ ਹੈ। ਬੱਚਿਆਂ ਨੇ ਧਰਨਾ ਲਾਇਆ ਕਿ ਸਾਡਾ ਸਰਦਾ ਨਹੀਂ, ਤਾਂ ਉਹਨਾਂ ਨੇ GIC ਡਬਲ ਕਰਤਾ, ਠੀਕ ਹੈ। ਬੱਚਿਆਂ ਨੇ ਧਰਨਾ ਲਾਇਆ ਕਿ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਨੇ ਫੁੱਲ ਟਾਈਮ ਤੋਂ ਪਾਰਟ ਟਾਈਮ ਵਰਕ ਕਰਤਾ, 40 ਘੰਟਿਆਂ ਤੋਂ 20 ਘੰਟੇ ਕੰਮ ਕਰਤਾ। ਬੱਚਿਆਂ ਨੇ ਧਰਨੇ ਲਾਏ ਕਿ ਸਾਨੂੰ PR ਨਹੀਂ ਮਿਲਦੀ ਬਿਜ਼ਨਸ ਕੋਰਸਿਸ 'ਚ, ਉਹਨਾਂ ਨੇ ਬਿਜ਼ਨਸ ਕੋਰਸਿਸ 'ਚ ਹੁਣ ਕੀ ਕਹਿੰਦੇ ਆ ਵਰਕ ਪਰਮਿਟ ਘਟਾ ਦੇਣਾ। ਦੇਖੋ ਹੁਣ ਇਹ ਸਾਰਾ ਕੁਛ ਜੇ ਕਰਨਾ ਕੀਤਾ ਜਾਂ ਹੋ ਰਿਹਾ, ਉਹ ਆਪਣੇ ਹੀ ਸਟੂਡੈਂਟਸ ਦਾ ਇੱਕ ਕੀ ਕਹਿੰਦੇ ਆ ਮੈਂ ਕਹਾਂਗਾ ਕਿ ਦੇਣ ਹੈ, ਕਿਉਂਕਿ ਆਪਣੇ ਬੱਚਿਆਂ ਨੇ ਜੋ ਇੱਥੇ ਜਾ ਕੇ ਕੀਤਾ ਉਹਦਾ ਹੀ ਰਿਜ਼ਲਟ ਸਾਨੂੰ ਮਿਲ ਰਿਹਾ। ਸੋ ਆਉਣ ਵਾਲੇ ਸਮੇਂ 'ਚ ਬਿਜ਼ਨਸ ਪ੍ਰੋਗਰਾਮ ਦੇ ਵਿੱਚ ਮੋਸਟ ਪ੍ਰੋਬੇਬਲੀ ਜਿਹੜਾ ਵਰਕ ਪਰਮਿਟ ਦਿੱਤਾ ਜਾਏਗਾ, ਹਾਲੇ ਫਾਰਮਲ ਅਨਾਊਂਸਮੈਂਟ ਨਹੀਂ ਹੋਈ ਹੈ, ਬਟ ਬਹੁਤ ਜਲਦ ਅਨਾਊਂਸਮੈਂਟ ਹੋ ਸਕਦੀ ਹੈ ਕਿ ਜਿਹੜਾ ਵਰਕ ਪਰਮਿਟ ਦਿੱਤਾ ਜਾਏਗਾ ਨੋਨ ਟੈਕਨੀਕਲ ਕੋਰਸਿਸ 'ਚ, ਨੋਟ ਜਸਟ ਬਿਜ਼ਨਸ, 1 ਸਾਲ ਦਾ ਦਿੱਤਾ ਜਾਏਗਾ। ਔਰ ਜੇ ਬੱਚੇ ਨੂੰ ਜੋਬ ਮਿਲ ਜਾਂਦੀ ਹੈ ਉਸ 1 ਸਾਲ ਦੇ ਦੌਰਾਨ, ਤਾਂ ਉਹਨੂੰ ਫਿਰ 3 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਜਾਏਗੀ। ਸੋ ਮੈਨੂੰ ਲੱਗਦਾ ਕੋਈ ਮਾੜਾ ਰੂਲ ਨਹੀਂ ਹੈਗਾ, ਕਿਉਂਕਿ ਜੋਬ ਜੇ ਬੱਚਾ ਲਾਇਕ ਹੀ ਨਹੀਂ ਹੈਗਾ ਜੋਬ ਕਰਨ ਦੇ
ਜੇ ਬੱਚਾ ਲਾਇਕ ਹੀ ਨਹੀਂ ਹੈਗਾ ਜੋਬ ਕਰਨ ਦੇ, ਔਰ ਜੇ ਬੱਚਾ ਸਿਰਫ ਇੱਥੇ ਪਹੁੰਚ ਲਈ ਆ ਰਿਹਾ, ਪੜ੍ਹਨ ਆ ਹੀ ਨਹੀਂ ਰਿਹਾ, ਸੋ ਉਹਨੂੰ 3 ਸਾਲ ਦਾ ਵਰਕ ਪਰਮਿਟ ਦੇ ਕੇ ਕੀ ਕਰਾਂਗੇ? ਸੋ ਸਟੂਡੈਂਟਸ, ਮੈਨੂੰ ਲੱਗਦਾ ਕਿ ਇਹ ਚੀਜ਼ ਸਮਝਣ ਦੀ ਲੋੜ ਹੈ, ਔਰ ਇਹ ਚੇਂਜ ਕਿਸੇ ਵੀ ਦਿਨ ਆ ਸਕਦਾ। ਔਰ ਇਹ ਵੀ ਹੋ ਸਕਦਾ ਕਿ ਜਿਹੜੇ ਟੈਕਨੀਕਲ ਪ੍ਰੋਗਰਾਮਸ ਹੈ, ਪਲੰਬਿੰਗ, ਕਾਰਪੈਂਟਿੰਗ, ਏਅਰ ਕੰਡੀਸ਼ਨਿੰਗ, ਜਾਂ ਜਿਹੜੇ ਟੈਕਨੀਕਲ ਪ੍ਰੋਗਰਾਮਸ ਹੈਗੇ ਆ, ਉਹਨਾਂ 'ਚ ਸਟ੍ਰੇਟ ਫਾਰਵਰਡ 5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ, ਇਹ ਵੀ ਹੋ ਸਕਦਾ। ਔਰ ਜਿਹੜੇ ਇਹ ਫੀਲਡਸ 'ਚ ਹੈਗੇ ਆ, ਉਹਨਾਂ ਨੂੰ ਟ੍ਰੇਡਸ 'ਚ ਜਲਦੀ PR ਦਿੱਤੀ ਜਾਵੇ। ਸੋ ਕਿਤੇ ਨਾ ਕਿਤੇ ਜੇ ਅਸੀਂ ਕਹੀਏ ਕਿ ਇਹਦੇ ਪਿੱਛੇ ਚੇਂਜਿਸ ਪਿੱਛੇ ਕੌਣ ਹੈ, ਤਾਂ ਮੈਂ ਕਹਾਂਗਾ ਆਪਣੇ ਹੀ ਬੰਦੇ ਹੈਗੇ ਆ ਜਿਨ੍ਹਾਂ ਨੇ ਸਰਕਾਰ ਨੂੰ ਮਜਬੂਰ ਕੀਤਾ ਇਹ ਸਾਰੇ ਚੇਂਜਿਸ ਲਿਆਉਣ ਲਈ। ਸੋ ਸਟੂਡੈਂਟਸ, ਔਰ ਮੈਂ ਇਹ ਵੀ ਦੱਸਾਂਗਾ ਕਿ ਜਿਹੜੇ ਇੱਥੋਂ ਦੇ ਪੁਰਾਣੇ ਚੰਗੇ ਸੈਟਲਡ ਬੰਦੇ ਹੈਗੇ ਆ, ਉਹ ਕੋਈ ਖੁਸ਼ ਨਹੀਂ ਹੈਗੇ ਆਪਣੇ ਬੱਚਿਆਂ ਤੋਂ, ਉਹ ਕੋਈ ਖੁਸ਼ ਨਹੀਂ ਹੈਗੇ ਕਿ ਉਹਨਾਂ ਨੇ, ਕਿਉਂਕਿ ਬੱਚਿਆਂ ਨੇ ਇੱਥੇ ਪਹੁੰਚ ਕੇ ਕੀ ਕਹਿੰਦੇ ਆ ਟੈਕਨੀਕਲ ਜੋਬਸ ਵੱਲ ਧਿਆਨ ਨਹੀਂ ਦਿੱਤਾ। ਸੋ ਕਿਤੇ ਨਾ ਕਿਤੇ ਬਿਜ਼ਨਸ ਪ੍ਰੋਗਰਾਮ ਕਰਕੇ ਹੀ ਅੱਜ ਦੀ ਡੇਟ 'ਚ ਜੋ ਸਿਚੁਏਸ਼ਨ ਹੋਈ ਹੈ ਉਹਦੇ ਕਰਕੇ ਹੋਈ ਹੈ। ਸੋ ਆਪਾਂ ਨੂੰ ਇਹ ਪੋਜ਼ਿਟਿਵ ਹੀ ਲੈਣਾ ਚਾਹੀਦਾ, ਮੈਨੂੰ ਲੱਗਦਾ ਨੈਗੇਟਿਵ ਨਹੀਂ ਲੈਣਾ ਚਾਹੀਦਾ। ਔਰ ਸਾਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਵੀ ਬੱਚਾ ਹੁਣ ਕੈਨੇਡਾ ਆਏਗਾ ਫਿਊਚਰ 'ਚ ਟੈਕਨੀਕਲ ਪ੍ਰੋਗਰਾਮ ਕਰਨ 'ਚ, ਪਹਿਲੀ ਗੱਲ ਤਾਂ ਉਹਨੂੰ ਜੋਬ ਮਿਲੇਗੀ, ਦੂਜੀ ਗੱਲ ਉਹਨੂੰ PR ਮਿਲੇਗੀ। ਸੋ ਹੋਰ ਕੀ ਚਾਹੀਦਾ ਆਪਾਂ ਨੂੰ? ਇਹੀ ਸੋਚ ਹੋਣੀ ਚਾਹੀਦੀ ਹੈ ਬੱਚੇ ਦੀ। ਪਰ ਜੇ ਆਪਾਂ ਇਸ ਸੋਚ ਨਾਲ ਆ ਰਹੇ ਹਾਂ ਕਿ ਸਾਨੂੰ ਪੜ੍ਹਨਾ ਨਹੀਂ ਹੈਗਾ, ਜੋਬ ਵੀ ਮਿਲ ਜੇ PR ਵੀ ਮਿਲ ਜੇ, ਉਹ ਤਾਂ ਗਲਤ ਸੋਚ ਹੈ। ਪਰ ਸਾਨੂੰ ਕੰਸਲਟੈਂਟ ਇਹੀ ਸੋਚ ਕੇ ਅੱਗੇ ਭੇਜਦੇ ਆ ਕਿ ਤੁਸੀਂ ਉੱਥੇ ਪਹੁੰਚ ਜਾਓ, ਬਸ ਉੱਥੇ ਸਾਡਾ ਬੰਦਾ ਹੈਗਾ ਉਹ LMIA ਕਰਾ ਦੇਗਾ ਔਰ ਤੁਹਾਡੀ PR ਹੋ ਜਾਊਗੀ। ਪਰ LMIA ਹੋਣੀ ਜਾਂ ਇੰਨੀ ਜਲਦੀ PR ਹੋਣੀ, ਉਹ ਕਹਿਣ ਦੀਆਂ ਗੱਲਾਂ ਨੇ, ਪਰ ਉਹ ਸਿਸਟਮ ਇਹ ਹੈ ਕਿ ਕੰਸਲਟੈਂਟ ਤੁਹਾਡੇ ਤੋਂ ਪੈਸੇ ਖੋਏਗਾ, $1,000, ਰੁਪਏ ਵੀ ਨਹੀਂ, $1,000। ਸੋ ਸਟੂਡੈਂਟਸ, ਮੈਨੂੰ ਲੱਗਦਾ ਕਿ ਸਾਨੂੰ ਇੱਕ ਸਹੀ ਤਰੀਕੇ ਦੇ ਨਾਲ ਪੜ੍ਹਾਈ ਕਰਕੇ ਰੂਟ ਸਹੀ ਅਪਣਾਉਣਾ ਚਾਹੀਦਾ, ਨਾ ਕਿ ਇੱਕ ਗਲਤ ਤਰੀਕੇ ਦੇ ਨਾਲ ਗਲਤ ਰੂਟ ਲੈ ਕੇ ਸਾਨੂੰ ਕੈਨੇਡਾ ਪਹੁੰਚਣਾ ਚਾਹੀਦਾ। ਕੈਨੇਡਾ ਕਿਉਂ, ਮੈਂ ਕਹਾਂਗਾ ਆਸਟ੍ਰੇਲੀਆ ਵੀ, USA ਵੀ, ਮੈਂ USA ਵੀ ਜਾ ਕੇ ਆਇਆ ਕੁਛ ਦਿਨ, ਸੋ ਉੱਥੇ ਵੀ ਜਾ ਕੇ ਦੇਖਿਆ ਕਿ ਹਾਲਾਤ ਕੋਈ ਬਹੁਤ ਵਧੀਆ ਨਹੀਂ ਹੈਗੇ, ਕਿਉਂਕਿ USA 'ਚ ਤਾਂ ਆਲਰੇਡੀ ਆਬਾਦੀ 35 ਕਰੋੜ ਹੈ। ਯੈਸ, ਨੋ ਡਾਊਟ, ਲੋਅਰ ਲੈਵਲ ਦੀਆਂ ਜੋਬਸ ਬਹੁਤ ਜ਼ਿਆਦਾ USA 'ਚ, ਬਟ ਡੈਫੀਨੇਟਲੀ ਸਟੂਡੈਂਟ ਸਟਰਗਲ ਉੱਥੇ ਵੀ 19 ਹੈ ਜਿੰਨੀ ਕਿ ਕੈਨੇਡਾ 'ਚ ਹੈ। ਬਿਲਕੁਲ ਠੀਕ ਹੈ। ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਸਮੀਤ ਜੀ, ਸਾਡੇ ਸਟੂਡੈਂਟਸ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਜਿਹੜੀਆਂ ਸਮਾਲ ਜੋਬਸ ਨੇ ਉਹਨਾਂ ਦੇ ਲਈ ਵੀ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ। ਪਰ ਅਗਰ ਸਾਡੇ ਸਟੂਡੈਂਟਸ ਨੇ ਜਿਹੜੇ ਉਹ ਸਕਿੱਲਫੁੱਲ ਹੋ ਜਾਣ, ਕੋਈ ਸਕਿੱਲ ਉਹਨਾਂ ਕੋਲ ਹੋਵੇ, ਤਾਂ ਉਹਨਾਂ ਲਈ ਕੰਮ ਈਜ਼ੀ ਹੋ ਸਕਦਾ ਹੈ। ਪਰ ਅਗਰ ਉਹ ਸਕਿੱਲ ਡਿਵੈਲਪਮੈਂਟ ਵਾਲੇ ਕੋਰਸਿਸ ਵਾਲੇ ਪਾਸੇ ਜਾਣ ਜਾਂ ਸਟੈਮ ਕੋਰਸਿਸ ਵਾਲੇ ਪਾਸੇ ਜਾਣ, ਤਾਂ ਫਿਊਚਰ ਵੀ ਉਹਨਾਂ ਦਾ ਬ੍ਰਾਈਟ ਹੋ ਸਕਦਾ। ਸੋ ਇਸੇ ਕਰਕੇ ਮੈਨੂੰ ਲੱਗਦਾ ਕਿ ਕੋਰਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਬਣ ਗਈ ਭਾਟੀਆ ਜੀ, ਨਾ ਕੇਵਲ ਕੈਨੇਡਾ ਜਿਵੇਂ ਤੁਸੀਂ ਦੱਸ ਰਹੇ ਹੋ, USA ਜਾਂ ਕੋਈ ਵੀ ਕੰਟਰੀ। ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਜਸਮੀਤ ਜੀ ਵੱਲੋਂ ਲਗਾਤਾਰ, ਕਿ ਤੁਸੀਂ ਸੋਚ ਸਮਝ ਕੇ ਕੋਰਸ ਚੁਣਨਾ। ਹੁਣ ਭੇਡ ਚਾਲ ਦਾ ਸਮਾਂ ਨਹੀਂ ਰਿਹਾ, ਉਹ ਛੱਡ ਦਿਓ ਭੇਡ ਚਾਲ। ਹੁਣ ਤਾਂ ਜਸਮੀਤ ਜੀ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਪ੍ਰੋਫਾਈਲ ਦੇ ਅਕੋਰਡਿੰਗ, ਇੰਟਰਸਟ ਦੇ ਅਕੋਰਡਿੰਗ ਚੰਗਾ ਕੋਰਸ ਚੁਣਨਾ, ਜਿਹਦੇ 'ਚ ਤੁਸੀਂ ਪੜ੍ਹ ਵੀ ਸਕੋ ਅਤੇ ਪਰਫਾਰਮ ਵੀ ਕਰ ਸਕੋ। ਇਹ ਵੀ ਨਹੀਂ ਕਿ ਤੁਸੀਂ ਇੰਨੇ ਔਖੇ ਕੋਰਸ ਚਲੇ ਗਏ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਪੜ੍ਹ ਹੀ ਨਹੀਂ ਸਕਦੇ, ਫਿਰ ਵੀ ਜਾਣ ਦਾ ਫਾਇਦਾ ਨਹੀਂ। ਉਹ ਕੋਰਸ ਜਾਓ ਜਿਹੜਾ ਚੰਗਾ ਵੀ ਹੈ, ਜਿਹ 'ਚ ਤੁਹਾਨੂੰ ਉਮੀਦ ਹੈ ਕਿ ਤੁਸੀਂ ਪਾਸ ਕਰ ਲਓਗੇ ਪੜ੍ਹ ਕੇ। ਔਰ ਜਿਹੜੇ ਇੰਟੈਲੀਜੈਂਟ ਬੱਚੇ ਨੇ, ਜਿਹੜੇ ਬੱਚੇ ਪੜ੍ਹਾਈ 'ਚ ਬਹੁਤ ਹੁਸ਼ਿਆਰ ਨੇ, ਉਹਨਾਂ ਦੇ ਲਈ ਇਹ ਗੋਲਡਨ ਓਪਰਚੁਨਿਟੀ ਹੈ ਦੁਨੀਆ 'ਚ ਇਸ ਵਕਤ। ਜਿਹੜੇ ਬੱਚੇ ਬ੍ਰਿਲੀਅੰਟ ਸਟੂਡੈਂਟ ਨੇ, ਉਹਨਾਂ ਲਈ ਗੋਲਡਨ ਓਪਰਚੁਨਿਟੀ ਹੈ ਕਿ ਉਹ ਚੰਗੇ ਕੋਰਸਿਸ 'ਚ ਜਾਣ, ਅਤੇ ਉਹਨਾਂ ਦਾ ਫਿਊਚਰ ਫਿਰ ਬਹੁਤ ਬ੍ਰਾਈਟ ਹੈ। ਜਸਮੀਤ ਜੀ, ਮੈਨੂੰ ਲੱਗਦਾ ਕਿ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਅੱਜ ਵੀ ਤੁਸੀਂ ਸ਼ੇਅਰ ਕੀਤੀ ਹੈ, ਸਟੂਡੈਂਟਸ ਦੇ ਲਈ ਇਹ ਬਹੁਤ ਜ਼ਿਆਦਾ ਹੈਲਪਫੁਲ ਰਹੇਗੀ। ਸੋ ਥੈਂਕ ਯੂ ਸੋ ਮਚ।
ਤੁਹਾਡਾ ਇੰਤਜ਼ਾਰ ਵੀ ਹੈ ਕਿ ਜਿੰਨੀ ਜਲਦੀ ਤੁਸੀਂ ਇੰਡੀਆ 'ਚ ਵਾਪਸ ਆਓ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨਿੱਜੀ ਤੌਰ 'ਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ, ਹਰ ਰੋਜ਼ ਫੋਨ ਕਰਦੇ ਨੇ। ਸਾਰੇ ਵਿਦਿਆਰਥੀ ਸਕਰੀਨ 'ਤੇ ਦਿੱਤੇ ਵਟਸਐਪ ਨੰਬਰ 'ਤੇ ਜਸਮੀਤ ਜੀ ਦੇ ਨਾਲ ਆਪਣਾ ਪ੍ਰੋਫਾਈਲ ਸ਼ੇਅਰ ਕਰ ਸਕਦੇ ਨੇ। ਸੋ ਥੈਂਕ ਯੂ ਸੋ ਮਚ ਜਸਮੀਤ ਜੀ। ਆਉਣ ਵਾਲੇ ਸਮੇਂ ਸਾਡੇ ਜਿਹੜੇ ਸੈਮੀਨਾਰ ਹੋ ਰਹੇ ਆ ਵੱਖ ਵੱਖ ਸ਼ਹਿਰਾਂ 'ਚ, ਉਹਦੇ ਤੁਸੀਂ ਸਕਰੋਲ ਥੱਲੇ ਦੇਖ ਸਕਦੇ ਹੋ, ਰੋਨਾ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। ਥੈਂਕ ਯੂ ਸੋ ਮਚ। ਕਦੋਂ ਕਦੋਂ ਸੈਮੀਨਾਰ ਜਸਮੀਤ ਜੀ ਆ ਰਹੇ ਨੇ? ਮੈਨੂੰ ਲੱਗਦਾ ਕੱਲ ਵੀ ਫਗਵਾੜੇ ਆ ਵੈਸੇ ਤਾਂ ਜੀ, ਠੀਕ ਹੈ ਸਰ, ਠੀਕ ਹੈ ਓਕੇ, ਥੈਂਕ ਯੂ।